ਤੁਹਾਡੇ ਬਗੈਰ ਮਰ ਜਾਏਗਾ। ਤੁਸੀਂ ਆਪਣੀ ਖੂਬਸੂਰਤ ਜ਼ਿੰਦਗੀ 'ਚੋਂ ਕੁਝ ਟਾਈਮ ਮੇਰੇ ਉਸਤਾਦ ਨੂੰ ਦੇ ਦਿਓ, ਸ਼ਾਇਦ ਉਹਦੀ ਜ਼ਿੰਦਗੀ ਬਣ ਜਾਏ। ਜ਼ਿੰਦਗੀ ਬਣ ਜਾਏ, ਜ਼ਿੰਦਗੀ ਬਣ ਜਾਏ, ਜ਼ਿੰਦਗੀ ਬਣ ਜਾਏ। ਇਹ ਉਸਤਾਦ ਦੀ ਜ਼ਿੰਦਗੀ ਬਣਾਣੀ ਆਪਣੀ। ਮੈਂ ਆਪਣੇ ਉਸਤਾਦ ਦੀ ਗੱਲ ਕਰਾਂ ਮੇਰੇ। ਅੱਛਾ ਗੱਲ ਸੁਣ ਜੀ, ਹੈਗਾ ਤੂੰ ਸੋਹਣਾ। ਅੱਛਾ ਜੀ, ਤੇ ਮੈਂ ਤੇਰੇ ਵਾਸਤੇ ਤੇਰੇ ਉਸਤਾਦ ਨੂੰ ਸਿਰਫ 1.5 ਮਿੰਟ ਦਾ ਟਾਈਮ ਦੇਣੀ ਆਪਣੇ ਪਿਆਰ ਦਾ ਇਜ਼ਹਾਰ ਕਰੇ। 1.5 ਮਿੰਟ ਸਿਰਫ। ਉਸਤਾਦ ਜੀ, ਹਾਂਜੀ, ਸਪੀਡ ਤੋਂ ਸਪੀਡ ਜਾਓ ਤੇ ਪਹਿਲੇ ਧੋਤੀ ਬਦਲ ਕੇ ਆਓ। ਜਾਓ ਪਿਆਰ ਦਾ ਇਜ਼ਹਾਰ ਕਰ ਲਓ। ਠੀਕ ਹੈ। ਮੈਂ ਟਾਈਮ ਹੋ ਗਿਆ, 1.5 ਮਿੰਟ ਹੋ ਗਿਆ, ਤੈਨੂੰ ਸਿੱਧਾ ਜਾ ਕੇ ਗੱਲ ਕਰ, ਨਹੀਂ ਤੇ ਏਡੀ ਗੱਲ ਤੇ ਮੁੱਕਦਾ ਹੀ ਨਹੀਂ। ਤੁਹਾਡਾ ਟਾਈਮ ਮੁੱਕ ਗਿਆ ਉਸਤਾਦ ਜੀ। ਮੈਡਮ, ਯੈਸ, ਨਹੀਂ ਰਹਿ ਸਕਦਾ ਮੇਰਾ ਉਸਤਾਦ ਤੁਹਾਡੇ ਬਗੈਰ, ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ ਜੇ ਤੁਸੀਂ ਨਾ ਮਿਲੇ। ਅੱਛਾ, ਇਹ ਤੂੰ ਪੁੱਠੀ ਨਸਵਾਰ ਰੱਖੀ ਹੈ, ਐਡੀ ਉੱਚੀ ਤੇ ਨੇ ਛਵਾਈਤੀ ਹੀ ਨਹੀਂ ਜਦ ਤੱਕ ਪਿਛਲੇ ਦੇ ਟਿਕਟ ਨਾ ਲਈ ਹੋਵੇ। ਜੇ ਤੁਸੀਂ ਨਾ ਮਿਲੇ ਤੇ ਮਰ ਜਾਏਗਾ, ਮਰ ਜਾਏਗਾ, ਮਰ ਜਾਏਗਾ। ਤੁਸੀਂ ਮੇਰੇ ਉਸਤਾਦ ਦੀ ਗੱਲ ਸੁਣੋ। ਅੱਛਾ, ਸਿਰਫ ਪਲੀਜ਼। ਸਹੀ, ਮੈਂ ਤੁਹਾਡੀ ਗੱਲ ਕਰ ਰਿਹਾ ਅੱਗੇ। ਅੱਛਾ, ਕਰ 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 ਜੀ ਮੈਡਮ। ਤੇਰੇ ਮੂੰਹ ਨੂੰ ਵੇਖਦੇ ਹੋਏ ਜੀ, 1 ਮਿੰਟ ਦੇਣੀ ਆ ਉਸਤਾਦ ਜੀ। ਹਾਂ ਜੀ, 1 ਮਿੰਟ ਹੈਗਾ ਜੀ। ਹਾਂ ਜੀ, ਹੀਰੋ ਬਣ ਕੇ ਲਾ ਰਾ 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 ਬੈ ਜੋ। ਅੱਛਾ ਹਾਂ, ਲਾ 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 ਲਾ। 1.5 ਮਿੰਟ ਹੋ ਗਿਆ ਯਾਰ, ਤੂੰ ਉੱਥੇ ਜਾ ਕੇ ਕਹ ਤੂੰ ਮੇਰੀ ਵਾਰੀ ਅੱਗੇ ਕਿਉਂ ਨਹੀਂ ਜਾਣ ਦਿੰਦਾ? ਤੇਰੇ ਚ ਹਿੰਮਤ ਨਹੀਂ ਹੈਗੀ? ਫਿਰ ਜਾਣਾ ਮੈਂ ਉਸਤਾਦ। ਟਾਈਮ ਪੁੱਤਰ ਵਧਾ, ਮੇਰਾ ਉਹ ਟਾਈਮ ਨਹੀਂ ਹੈਗਾ। ਪਹਿਲੀ ਵਾਰੀ ਵੇਖਿਆ ਤੁਸੀਂ, ਐਨਕ ਤੇ ਐਨਕ ਲੱਗੀ। ਦੂਸਰੀ ਐਨਕ ਨਾ ਵੇਖਣਾ ਜੀ, ਤੈਨੂੰ ਮੈਂ ਦੂਸਰੇ ਕੱਛੇ ਨਾ ਵਹਾਉਣਾ। ਮੈਡਮ, ਮੈਡਮ, ਤੁਹਾਡੇ ਬਗੈਰ ਨਹੀਂ ਜ਼ਿੰਦਾ ਰਹਿ ਸਕਦਾ। ਓ ਮਾਈ ਗੋਡ, ਜੇ ਤੁਸੀਂ ਨਾ ਮਿਲੇ ਤੇ ਉਹ ਮਰ ਜਾਏਗਾ, ਮਰ ਜਾਏਗਾ, ਮਰ ਜਾਏਗਾ। ਤੁਸੀਂ ਵਾਅਦਾ ਕਰੋ ਕਿ ਤੁਸੀਂ ਉਹਦੇ ਉਹਦੀ ਗੱਲ ਸੁਣੋਗੇ। ਆਪਣੀ ਵੀ ਲਿਆ ਦੋ ਮੈਨੂੰ। ਜਾਓ ਉਸਤਾ ਆਪਣਾ। ਮੈਡਮ ਜੀ, ਅੱਛਾ ਜੀ, ਹੁਣ ਮੈਂ ਆਪਣੀ ਸਪੀਡ ਚੈੱਕ ਕਰਨੀ ਹੈ ਜੀ। 40 ਸੈਕਿੰਡ, 40 ਸੈਕਿੰਡ ਪੂਰੇ ਹੋ ਗਏ। ਤੁਹਾਡੇ ਤੇ ਪੈਰ ਨਹੀਂ ਪੁੱਤਰ, ਡਰਾਮੇ ਤੋਂ ਹਟ ਕੇ ਜ਼ਫਰੀ ਪੁੱਤਰ, ਥੋੜਾ ਜਿਹਾ ਗਾਂਹ ਕਰਾ। ਜਾਓ ਉਸਤਾਦ ਜੀ, ਆਪਣੇ ਦਿਲ ਦੀ ਗੱਲ ਕਹਿ ਲਓ। ਇਹ ਥੁੱਸ ਹੋਇਆ, ਚੱਲ ਫੜ ਕੇ ਕਰਾ ਨਾ ਹੁਣ ਤਾਂ। ਅੰਦੀ ਦੇ ਬੱਚੇ ਏਡਾ ਹੀ ਰਹਿ ਗਏ ਤੂੰ, ਅੱਗੇ ਹੁਸਨ ਤੇ ਵੇਖ। ਮੈਡਮ, ਤੁਹਾਡਾ ਬਹੁਤ ਪਿਆਰ ਕਰਦਾ, ਇਹ ਤੁਹਾਡੀ ਜ਼ਿੰਦਗੀ 'ਚ ਹਰ ਜਗ੍ਹਾ 'ਤੇ ਕੰਮ ਆ ਸਕਦਾ, ਖਾਸ ਕਰਕੇ ਕਿੱਤੇ ਚਮਕਾਉਣ ਲਈ। ਅੱਛਾ, ਹੁਣ ਵੇਖ ਲਿਆ ਤੂੰ ਫੜ ਕੇ ਪਾਉਣ ਲੱਗਿਆ? ਉਹ ਤੇ ਹਾਲੀ ਮੈਂ ਕਹਿਣਾ ਅੱਗੇ, ਉਹ ਤੇ ਮੈਂ ਕਹਿਣਾ ਅੱਛਾ ਹੱਥ ਪਾ, ਉਹ ਛੇਤੀ ਕਰ ਲਓ, ਤੁਹਾਡੇ ਸੀਨ 'ਚ ਮੈਂ ਪਲੀਤ ਹੋ ਗਿਆ। ਪਲੀਤ ਨਾ ਹੋ, ਉਹਦੇ ਕਹਿਣ ਤੇ ਤੂੰ ਭੈਣ ਬਚਾ। ਇਹ ਮੇਰਾ ਉਸਤਾਦ, ਮੇਰਾ ਉਸਤਾਦ ਬਾਅਦ ਚ ਬਦਮਾਸ਼ ਬਣਿਆ। ਓਏ ਹੋ, ਪੂਰਾ ਖਾਨਦਾਨ ਇਹਦਾ ਵਾਜਾ ਵਜਾਉਂਦਾ ਸੀ। ਅੱਛਾ, ਵਿਆਹਾਂ ਸ਼ਾਦੀਆਂ ਤੇ ਇਹਨੂੰ ਨਹੀਂ ਸੀ ਵਜਾਉਣਾ ਹੁੰਦਾ। ਅੱਛਾ, ਇੱਕ ਦਿਨ ਗਾਹਕ ਆ ਗਿਆ, ਉਹਨੇ ਕਿਹਾ ਜੀ ਗੋਸ਼ੀ ਜੀ ਵਾਜਾ ਵਜਾਉਣਾ ਸਾਡੇ ਭਰਾ ਦੇ ਵਿਆਹ ਤੇ। ਕਹਿੰਦਾ ਜੀ 8 ਵਜੇ ਤੱਕ ਵਾਜਾ ਵਜਾਵਾਂਗੇ, 10,000 ਰੁਪਇਆ ਹੋਏਗਾ। ਅੱਛਾ, ਉਹਨੇ ਕਿਹਾ ਜੀ 5,000 ਐਡਵਾਂਸ, 5,000 ਬਾਕੀ। ਹੁਣ ਵਿਆਹ ਤੇ ਵਾਜਾ ਵਜਾ ਰਿਹਾ ਤੇ ਵਜਾਉਣਾ ਹੀ ਨਹੀਂ ਆ ਰਿਹਾ, ਫਿੱਕਾ ਵਜਾਈ ਜਾ ਰਿਹਾ। ਉਹ ਲੜਦਾ ਪਿਓ ਕਹਿੰਦਾ ਉਹ ਇਹ ਕੀ ਵਜਾ ਰਿਹਾ? ਕਹਿੰਦਾ ਜੀ ਮੈਂ ਤੇ 8 ਹੀ ਵਜਾ ਰਿਹਾ। ਹਾਂਜੀ ਮੈਡਮ,
आप करती क्या है तेरा जरा क्या करना है ਚੋਂ ਪੜਵਈਏ ਨੂੰ ਚੁਮਾ ਕੀ ਹੋਇਆ ਓਏ ਖਤਰਨਾਕ ਹੀ ਹੈ ਧਿਆਨ ਰੱਖ ਮੈਂ ਧਿਆਨ ਹੀ ਤੂੰ ਪਰ ਆ ਜਾ ਤੇਰੀ ਭੈਣ ਦਾ ਮਾਮਲਾ ਤੂੰ ਛਿੜ ਛਿੜ ਨਾ ਪਵਾ